ਸਾਨੂੰ ਤਾਂ ਈਡੀ ਨੇ ਜਿੰਨਾ ਕੁੰਡਾ ਪੰਜਾਬ ਦਾ ਕੀਤਾ ਤੁਸੀਂ ਮੰਨ ਨਹੀਂ ਸਕਦੇ। ਸੱਦਦੇ ਕੇਜਰੀਵਾਲ ਨੂੰ, ਆ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ। ਆਈ ਆਰ ਹੀ ਸੱਦਦੇ ਆ, ਆਈ ਆਰ ਹੀ ਜਹਾਜ਼ ਉਡਾਉਣਾ ਪੈਂਦਾ। 5 ਕਰੋੜ ਨੂੰ ਜਹਾਜ਼ ਦਿਹਾੜੀ ਪੈਂਦੀ ਹੈ। ਸਾਨੂੰ ਤਾਂ ਉਹਨੂੰ ਗੂਗਲ ਨੂੰ ਹਵਾ 'ਚ ਹੀ ਚੱਕਰ ਰੱਖੀਦਾ ਜਦ ਤੱਕ ਪਤਾ ਲੱਗ ਜਾਏ ਕਿ ਨਹੀਂ ਨੋਟਿਸ ਮੁੱਕ ਨਹੀਂ ਗਿਆ। ਮੈਂ ਈਡੀ ਨੂੰ ਕਹੂੰ ਉਹ ਬਾਬਾ ਰੌਲਾ ਦਿੱਲੀ ਵਾਲੇ ਨਾਲ ਕੁੰਡਾ ਪੰਜਾਬੀਆਂ ਦਾ ਕਰੀ ਜਾਂਦੇ ਹੋ। ਜਦੋਂ ਵਿਪਾਸਨਾ ਕਰਨੀ ਪਈ, 1000-1200 ਪੁਲਿਸ ਵਾਲਿਆਂ ਦੀ ਵਿਪਾਸਨਾ ਨਾਲ ਕਰਾਤੀ, ਖਰਚਾ ਵੇਖੋ ਕਿੰਨਾ ਪੈ ਗਿਆ। ਪਿਛਲੀ ਵਾਰੀ ਸੱਦਿਆ ਜਹਾਜ਼ ਸਾਨੂੰ, ਫਿਰ ਮੱਧ ਪ੍ਰਦੇਸ਼ ਨੂੰ ਪੰਜਾਬੀਆਂ ਨੂੰ ਉਡਾਉਣਾ ਪੈ ਗਿਆ। ਐਤਕੀ ਸੱਦਿਆ ਅਤੇ ਗੋਆ ਦੀਆਂ ਬੀਚਾਂ ਦੀਆਂ ਸੈਰਾਂ ਕਰਾਉਣੀਆਂ ਪੈ ਗਈਆਂ। ਖਰਚਾ ਸੱਦਦੀ ਈਡੀ ਆ, ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ। ਇਹ ਹੈ ਤਾਂ ਬੇਇਨਸਾਫੀ ਨਾ। ਮੈਂ ਤਾਂ ਉਸ ਨੂੰ ਵੀ ਕਹੂੰਗਾ, ਆਪਦੇ ਵੱਡੇ ਵੀਰ ਨੂੰ ਕੇਜਰੀਵਾਲ ਸਾਹਿਬ ਨੂੰ, ਤੁਸੀਂ ਤਰਚ ਕਰੋ, ਇਹ ਤਾਂ ਨਲਾਇਕ ਬੱਚਾ ਜਿਹੜਾ ਤੁਹਾਡੇ ਵਾਲਾ ਇੱਧਰ ਵਾਲਾ, ਇਹਨੇ ਤਾਂ ਨਹੀਂ ਸ਼ਰਮ ਕਰਨੀ। ਅੱਗੇ ਪੰਜਾਬ 'ਤੇ 65-70 ਹਜ਼ਾਰ ਕਰੋੜ ਦਾ ਕਰਜ਼ਾ ਹੋਇਆ। ਖਜੂਰ ਸਾਹਿਬ ਦੱਸਦੇ ਹੀ ਹੁੰਦੇ ਕਿ 100 ਕਰੋੜ ਡੇਲੀ, ਅਤੇ 100 ਕਰੋੜ ਡੇਲੀ ਉੱਤੋਂ ਆ ਜਹਾਜ਼ ਉਡਾਉਣਾ ਪੈ ਜਾਂਦਾ ਆਈ ਵਾਰੀ। ਹੁਣ ਜੇ ਮੈਂ ਸੋਚ ਰਿਹਾ ਸੀਗਾ ਉਹ ਸੁਰੇਨ ਸਾਹਿਬ ਵਾਂਗੂ ਜੇ 7-8 ਵਾਰੀ ਸੱਦ ਲਿਆ, ਸਾਨੂੰ ਤਾਂ ਈਡੀ ਦਾ ਸੱਦਾ ਹੀ ਮੈਨੂੰ ਲੱਗਦਾ 15-20 ਕਰੋੜ ਨੂੰ ਪੈ ਜਾਣਾ, ਕਿਉਂਕਿ ਆਈ ਆਰ ਹੀ ਜਹਾਜ਼ ਉਡਾਉਣਾ ਪੈਣਾ। ਔਰ ਉਹ ਜਹਾਜ਼ ਛੋਟੇ ਮੋਟੇ ਜਹਾਜ਼ 'ਚ ਨਹੀਂ ਉੱਡਦੇ।